हाँ जी, गुड मॉर्निंग, सत श्री अकाल। मेरे पिछो हाल की बना लिया हाय। पता नहीं कितों लेके आ ना गाना आया, पता गाना हैगा यार, तुसी कमेंट करके खड़े जाने हैगा। ए मैं उतो ज्यादा वधिया गाया आ, मतलब मैं अपडेट कीता है गाने नु। सो बे सोणिया पर ने बस, गुड मॉर्निंग, गुड मॉर्निंग बे सोणिया, गुड मॉर्निंग, सत श्री अकाल जी सारेयां नु। ते अज असि करन लगे आ ब्लॉग स्टार्ट, कंटिन्यू जिदा पहला करदे हुंदे सी। सो विच कुछ आत नहीं गया यार, नहीं ते मैं मुछण लगे मड़बड़िया, तां तां नहीं होगा मैनूं। साढ़े दस हो गए आ, साढ़े दस हो गए आ, ते गुड मॉर्निंग असीं तां हुण कहीए क्योंकि पहला असीं रील्स बना रहे सीगे ते हुण असीं वेहले होए आ। ठीक है जी, मेरी कुड़ी देख ली। होर दसो कितना ठीक ठाक आ। ते अज असीं करांगे थोड़ा जिहा काम आ, सानूं असीं नवां शहर जाणा आ, नवां शहर तां रोज़ जाणा हुंदा सी कहणा आ, साढ़े पुराणे ते सच काफ़ी जणे दे कमेंट आए सी तुसीं केक वालिआं नूं ठेका कर लो। थैंक यू यार, तुसीं इन्ना मतलब कहिंदे आ कर लैणा ठेका हुण। ਹੋਰ ਵੀ ਕੁਛ ਕਹਿੰਦੇ ਸੀ, ਮਤਲਬ ਹੁਣ ਤੁਹਾਡੇ ਇੰਸਟਾਗ੍ਰਾਮ ਤੇ 1 ਲੱਖ ਹੋਣੇ ਵਾਲਾ ਆ ਤੇ ਵੀ ਉਹਦਾ ਵੀ ਅਸੀਂ ਕੇਕ ਕੱਟਾਂਗੇ, ਤਾਂ ਕਰਕੇ ਮੈਂ ਸੋਚਦਾ ਪਿਆ ਵੀ ਠੇਕਾ ਗੱਲ ਮੈਂ ਥੋੜਾ ਡਿਸਕਾਊਂਟ ਦੇ ਦਿਆ ਕਰੂੰਗਾ ਨਾ। ਹਾਂਜੀ, ਤੇ ਹੋਰ ਸੁਣਾਓ, ਕਿਤਾ ਠੀਕ ਠਾਕ ਆ, ਰੋਟੀ ਪਾਣੀ ਖਾ ਲਿਆ? ਤੇ ਤੁਸੀਂ ਸਾਰੇ ਜਣੇ ਇਹ ਵੀ ਪੁੱਛ ਰਹੇ ਸੀ ਕਿ ਕਿਰਨ ਦੇ ਮੰਮੀ ਡੈਡੀ ਸੈਲੀਬ੍ਰੇਸ਼ਨ ਚ ਕਿਸੇ ਚ ਨਹੀਂ ਹੁੰਦੇ, ਕਿਸੇ ਚ ਕਦੇ ਨਹੀਂ ਹੁੰਦੇ, ਬਸ ਇੱਕ ਨਾ ਬਰਥਡੇ ਨੂੰ ਆ ਗਏ ਸੀਗੇ 19 ਨੂੰ, ਐਨਿਵਰਸਰੀ ਵਾਲੇ ਦਿਨ। ਮੈਂ ਤੁਹਾਨੂੰ ਦੱਸਦਾ ਕਿਉਂ ਨਹੀਂ ਆਏ, ਕਿਉਂਕਿ ਕਿਰਨ ਪਹਿਲਾਂ ਹੀ ਸਵੇਰ ਨੂੰ ਰੋਣ ਲੱਗ ਗਈ ਸੀਗੀ ਉਹਨਾਂ ਨੂੰ ਫੋਨ ਤੇ ਗੱਲ ਕਰਕੇ, ਕਿਉਂਕਿ ਇਹਨੂੰ ਯਾਦ ਆਉਂਦੀ ਸੀਗੀ ਪਿੰਡ ਦੀ ਫਿਰ। ਹਾਂਜੀ, 19 ਨੂੰ ਉਹ ਆਏ ਸੀ ਮੇਰੇ ਬਰਥਡੇ ਤੇ ਵੀ, ਉਹ ਆਏ ਸੀ ਉਹ ਤੋਂ ਪਹਿਲਾਂ ਕਿ ਸੀ ਉਦੋਂ ਵੀ, ਹਰ ਵਾਰ ਹੀ ਆਉਂਦੇ ਆ, ਤੇ ਇਸ ਵਾਰ ਡਿਫਰੈਂਸ ਕੁਛ ਹੈ ਨਹੀਂ ਸੀ। 19 ਨੂੰ ਆਏ ਸੀਗੇ, ਫਿਰ ਆਪਾਂ 24 ਨੂੰ ਫੇਰ ਸੱਦ ਰਹੇ ਸੀਗੇ, ਤੇ ਮੰਮੀ ਵੀ ਕਹਿੰਦੇ ਸੀ ਵੀ ਇਦਾਂ ਚੰਗਾ ਨਹੀਂ, ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿੱਦਾਂ ਕਹਿ ਦਿੰਦੇ ਕੁੜੀ ਦੇ ਘਰ ਦੇ ਕਿ ਹਰ ਵਾਰ ਇਹ ਰੋਂਦੀ ਸੀ, ਸਾਨੂੰ ਪਤਾ ਸੀਗਾ ਜੇ ਉਹ ਆ ਜਾਂਦੇ ਫਿਰ ਇਹਨੂੰ ਜ਼ਿਆਦਾ ਰੋਣਾ ਲੱਗੇਗਾ। ਮੈਂ ਤਾਂ ਕਿਹਾ ਸੀ ਫਿਰ ਉਧਰ ਵੀ, ਮੰਮੀ ਨੂੰ ਥੋੜਾ ਜਿਹਾ ਕੰਮ ਸੀਗਾ, ਮੈਂ ਕਿਹਾ ਚਲੋ ਕੋਈ ਨਹੀਂ ਮੈਂ ਤੁਹਾਨੂੰ ਆ ਕੇ ਮਿਲ ਜੂੰਗੀ ਵਾਪਸ, ਪਰ ਫੇ ਮੰਮੀ ਨੇ ਫੇ ਅੱਜ ਜਾ ਲੈਣਾ। ਹਾਂਜੀ, ਤੇ ਤਾਂ ਕਰਕੇ ਨਹੀਂ ਆਏ। ਬਾਕੀ ਤੁਸੀਂ ਸਾਰੇ ਜਣੇ ਯਾਰ ਵਧੀਆ ਪਿਆਰ ਦਿੰਨੇ ਪਏ ਆ ਵੀਡੀਓਜ਼ ਨੂੰ, ਤੇ ਥੈਂਕ ਯੂ ਸੋ ਮੱਚ, ਦਿਲੋਂ ਧੰਨਵਾਦ ਆ ਸਾਡਾ ਸਾਰਿਆਂ ਦਾ। ਠੀਕ ਆ, ਤੇ ਐਦੇ ਬਣੇ ਰਿਹੋ ਬਸ, ਆਪਾਂ ਹੁਣ ਧੜਾ ਧੜ ਬਲੌਗ ਲੈ ਕੇ ਆਉਣੇ ਆ। ਮੇਰਾ ਗਾਣਾ ਵੀ ਸ਼ਾਇਦ ਮੈਂ ਰਿਕਾਰਡ ਕਰਾ ਦੇਣਾ ਅੱਜ ਕੱਲ੍ਹ 'ਚ। ਇੱਕ ਤੂੰ ਹੁੰਦੀ ਸੀ, ਇੱਕ ਮੈਂ ਹੁੰਦਾ ਸੀ, ਇੱਕ ਹੁੰਦਾ ਸੀਗਾ ਬੰਤਾ ਜਾਂਦਾ ਕੁਛ ਇੱਦਾਂ ਦੇ ਗਾਣੇ ਦਾ ਮੈਂ ਲਿਖਿਆ, ਮੈਂ ਲਿਖਿਆ ਹੈ। ਸੋ ਚਲੋ ਠੀਕ ਆ ਜੀ, ਹੁਣ ਇੱਕ ਤੂੰ ਹੁੰਦੀ ਸੀ ਹਾਣਦੀ ਏ, ਚਲੋ ਫੇ ਹੁਣ ਚੱਲਦੇ ਆ। ਇੱਕ ਮੈਂ ਹੁੰਦਾ ਸੀ ਛੋਟਾ, ਕੱਲ ਨਹੀਂ ਫੇ ਕੱਲ ਮੈਂ ਫੇ ਸੁਣਾਉਂਗਾ ਕਦੇ, ਬਾਅਦ ਹੋਣ ਲੱਗ ਗਈ ਸੀਗੀ, ਤਾਂ ਰੁਕ ਗਈ ਸੀ ਕਲਿੱਪ ਉਹਦੇ। ਹਾਂ ਜੀ, ਮੇਰਾ ਬਹੁਤ ਹੱਥ ਇੰਨਾ ਨਹੀਂ ਹੈਗਾ, ਡਰਿਓ ਨਾ ਪਲੀਜ਼, ਮੇਰਾ ਹੱਥ ਆਓ ਸੁਣਾ ਦੇਖੋ। ਹਾਂਜੀ, ਤੇ ਹੁਣ ਅਸੀਂ ਮੜਿਆ ਕੰਮ ਕਰ ਲਈਏ ਥੋੜਾ, ਹੁਣ ਮੈਂ ਥੋੜਾ ਜਿਹਾ ਪਸ਼ੂਆਂ ਦਾ ਕੰਮ ਕਰਿਆ ਮੈਂ, ਪੱਠੇ ਪੁੱਠੇ ਪਾਲਮਾ ਹੱਥ ਨਾ ਆਏ। ਉਹ ਮੈਂ ਕਿਹਾ ਮੇਰੇ ਵੱਲ ਨੂੰ ਦੇਖਦਾ ਤਾਂ ਹੱਸ ਆਇਆ, ਪਤਾ ਕਰ ਲੈਤੀ ਤੂੰ। ਤੇ ਚਲੋ ਹੁਣ ਮੈਂ ਮੜਿਆ ਪਸ਼ੂਆਂ ਦਾ ਕੰਮ ਨਿਬੇੜ ਲਵਾਂ, ਤੇ ਕਿਰਨ ਤੂੰ ਨਾ ਕੇ ਰੈਡੀ ਹੋਇਆ ਜਦ ਤੱਕ, ਤੇ ਫਿਰ ਅਸੀਂ ਚੱਲਦੇ ਹਾਂ ਸ਼ਹਿਰ ਨੂੰ, ਬੁਲਟ ਦੀ ਮਾਰਦੇ ਹਾਂ ਗੇੜੀ, ਤੇ ਬੁਲਟ ਦਾ ਨੰਬਰ ਵੀ ਤੁਹਾਨੂੰ ਅੱਜ ਦੱਸ ਦੇ, ਕਾਫੀ ਜਣੇ ਨੇ ਕਮੈਂਟ ਕੀਤੇ ਸੀ ਬੁਲਟ ਦਾ ਨੰਬਰ ਦੱਸ ਦਿਓ। ਬੁਲਟ ਦਾ ਨੰਬਰ ਅਸੀਂ ਕੁਛ ਦੇਖ ਕੇ ਲਿਆ ਸੀਗਾ ਕੁਛ ਸੋਚ ਕੇ, ਕਿਉਂਕਿ ਸਾਡਾ ਲੱਕੀ ਨੰਬਰ ਤੁਹਾਨੂੰ ਪਤਾ ਹੈ ਕੀ ਆ। ਠੀਕ ਹੈ ਜੀ, ਉਹਨਾਂ ਰਲਦਾ ਮਿਲਦਾ ਆ, ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਬਾਅਦ। ਚਲੋ ਠੀਕ ਆ ਜੀ, ਚਲੋ ਮਿਲਦੇ ਆ ਤੁਹਾਨੂੰ ਰੈਡੀ ਸ਼ੜੀ ਹੋ ਕੇ। ਹਾਂਜੀ, ਤੇ ਕੀ ਹਾਲ ਚਾਲ ਆ ਜੀ ਸਾਰਿਆਂ ਦਾ? ਤੁਹਾਨੂੰ ਪਤਾ ਜਿੱਦਾਂ ਕਿ ਜਦ ਦਾ ਹੀ ਲੋਕਡਾਊਨ ਹੋਇਆ ਆ, ਕਾਫੀ ਟਾਈਮ ਤੋਂ ਬੱਚਿਆਂ ਨੂੰ ਬਹੁਤ ਫੋਨ ਦੇ ਮਤਲਬ ਆਦਤ ਪੈ ਗਈ ਆ, ਉਹਨਾਂ ਨੂੰ ਫੋਨ ਲੈ ਕੇ ਦੇਣਾ ਪੈਂਦਾ ਕਿਉਂਕਿ ਉਹਨਾਂ ਦਾ ਵਰਕ ਹੋਮ ਵਰਕ ਸਾਰਾ ਕੁਝ ਫੋਨ ਉੱਪਰ ਆਉਂਦਾ ਆ। ਪਰ ਇਹਦੇ ਨਾਲ ਥੋੜੇ ਜਿਹੇ ਆਪਣੇ ਜਿੱਦਾਂ ਛੋਟੇ ਬੱਚੇ ਆ ਉਹ ਗਲਤ ਸਾਈਡ ਵੀ ਜਾ ਰਹੇ ਆ, ਮਤਲਬ ਕੋਈ ਉਹਦਾ ਮਿਸਯੂਜ਼ ਕਰਦੇ ਪਏ ਆ ਫੋਨਸ ਦਾ, ਤੇ ਉਹਦੇ ਨਾਲ ਆਪਾਂ ਉਹਨਾਂ ਲਈ ਇੱਕ ਵੈਬਸਾਈਟ ਲੈ ਕੇ ਆਏ ਜਿਹਦੇ ਨਾਲ ਤੁਸੀਂ ਆਪਣੇ ਬੱਚਿਆਂ 'ਤੇ ਨਿਗਾਹ ਰੱਖ ਸਕਦੇ ਆ। ਅਤੇ ਇੱਕ ਤਾਂ ਤੁਸੀਂ ਇਹ ਫਾਇਦਾ ਆ ਆਪਾਂ, ਦੂਜੇ ਤੁਸੀਂ ਇਹ ਵੀ ਦੇਖ ਸਕਦੇ ਤੁਹਾਡਾ ਬੱਚਾ ਕਿੱਥੇ ਆ, ਕੀ ਕਰ ਰਿਹਾ, ਅਤੇ ਕਿਤੇ ਕੋਈ ਮੁਸੀਬਤ ਵਿੱਚ ਤਾਂ ਨਹੀਂ ਆ ਜੇ ਕਿਤੇ ਬਾਹਰ ਵੀ ਜਾਂਦਾ ਆ। ਅਤੇ ਇਸ ਐਪ ਦਾ ਨਾਮ ਆ ਬੰਡਰ ਸ਼ੇਅਰ ਫੈਮੀ ਸੇਫ, ਠੀਕ ਹੈ। ਇਹਨੂੰ ਤੁਸੀਂ ਇਸ ਐਪ ਨੂੰ ਦੋ ਫੋਨ ਵਿੱਚ ਡਾਊਨਲੋਡ ਕਰ ਸਕਦੇ ਆ, ਇੱਕ ਤੁਸੀਂ ਆਪਣੇ ਫੋਨ 'ਚ, ਇੱਕ ਤੁਸੀਂ ਆਪਣੇ ਬੱਚੇ ਦੇ ਫੋਨ ਦੇ ਵਿੱਚ। ਅਤੇ ਆਪਣੇ ਫੋਨ ਦੇ ਵਿੱਚ ਤੁਸੀਂ ਜੋ ਜਾਓਗੇ, ਤੁਸੀਂ ਇਹਦੇ ਵਿੱਚ ਪਹਿਲਾਂ ਲੌਗਇਨ ਮੰਗੂਗਾ, ਲੌਗਇਨ ਵਿੱਚ ਜਾ ਕੇ ਤੁਸੀਂ ਪੂਰੀ ਆਪਣੀ ਡਿਟੇਲ ਭਰ ਦੇਣੀ ਆ, ਅਤੇ ਉਹਦੇ ਵਿੱਚ ਤੁਸੀਂ ਪੇਰੈਂਟਸ ਵਾਲੇ ਬਟਨ 'ਤੇ ਅਲਾਓ ਕਰਨਾ ਆ, ਠੀਕ ਆ ਜੀ। ਅਤੇ ਦੂਸਰੀ ਸਾਈਡ ਆਪਣੇ ਜਿਹੜਾ ਬੱਚੇ ਦਾ ਫੋਨ ਆ ਉਹਦੇ ਵਿੱਚ ਚਾਈਲਡ ਵਾਲੀ ਆਪਸ਼ਨ ਨੂੰ ਅਲਾਓ ਕਰਨਾ ਆ, ਅਤੇ ਇਹਦੇ ਨਾਲ ਉਹ ਜਿਹੜੇ ਦੋਨੇ ਫੋਨ ਆ ਤੁਹਾਨੂੰ ਕਿਤੇ ਬੈਠੇ ਵੀ ਪਤਾ ਲੱਗ ਸਕਦਾ ਆ ਵੀ ਜੁਆਇੰਟ ਹੋ ਜਾਣੇ ਆ, ਕਿਸੇ ਟਾਈਮ ਤੁਹਾਨੂੰ ਪਤਾ ਲੱਗ ਸਕਦਾ ਹੈ ਵੀ ਤੁਹਾਡਾ ਬੱਚਾ ਕੀ ਕਰ ਰਿਹਾ ਆ, ਉਹਨੂੰ ਕੋਈ ਮੁਸੀਬਤ ਤਾਂ ਨਹੀਂ ਆ, ਤਾਂ ਕੁਛ ਗਲਤ ਤਾਂ ਨਹੀਂ ਦੇਖ ਰਿਹਾ ਫੋਨ ਦੇ ਉੱਪਰ। ਮਤਲਬ ਇਹਦੇ ਨਾਲ ਤੁਸੀਂ ਇੱਦਾਂ ਵੀ ਦੇਖ ਸਕਦੇ ਆ ਵੀ ਉਹ ਵਟਸਐਪ 'ਤੇ ਕਿੰਨਾ ਟਾਈਮ ਲੱਗਾ, ਕੀ ਕੀਤਾ ਉਹਨੇ, ਤੁਸੀਂ ਆਪਣੇ ਫੋਨ ਤੋਂ ਵੀ ਉਹਦੇ ਆਪਣੇ ਜੇ ਕੁਛ ਗਲਤ ਪਾਸੇ ਜਾ ਰਿਹਾ ਤੁਸੀਂ ਬਲੌਕ ਕਰ ਸਕਦੇ ਹੋ ਉਸ ਸਾਈਟ ਨੂੰ, ਠੀਕ ਆ ਜੀ। ਅਤੇ ਬਸ ਇਹੀ ਮੈਂ ਕਹਿਣਾ ਸੀਗਾ, ਅਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ। ਅਤੇ ਮਾਰਕੀਟ ਵਿੱਚ ਇਹ ਬਹੁਤ ਸਸਤੀ ਵਿੱਚ ਆਪਾਂ ਨੂੰ ਇਹ ਮਿਲਦੀ ਪਈ ਹੈ, ਇਹਦੇ 3 ਦਿਨ ਟ੍ਰਾਇਲ ਹੁੰਦਾ ਆ, ਅਤੇ ਫਿਰ ਤੁਸੀਂ ਇਸ ਨੂੰ ਬਾਈ ਵੀ ਕਰ ਸਕਦੇ ਆ। ਇਹ ਇੱਕ ਬਹੁਤ ਹੀ ਰਿਲਾਈਬਲ ਐਪ ਆ, ਜਲਦੀ ਜਲਦੀ ਡਿਸਕ੍ਰਿਪਸ਼ਨ ਵਿੱਚ ਜਾਓ, ਖੁਦ ਵੀ ਤੁਹਾਨੂੰ ਮੈਂ ਲਿੰਕ ਦਿੱਤਾ ਹੋਇਆ ਆ, ਅਤੇ ਉਹਨੂੰ ਡਾਊਨ ਸਾਡਾ ਕਪਤਾਨ ਬਿਮਾਰ ਆ, ਇਹ ਨਾ ਦੇਖਿਓ ਥੱਲੇ ਰੱਖੀ ਪਵਨੇ, ਇਹ 'ਚ ਨਾ ਕੈਲਸ਼ੀਅਮ ਪਾਈ ਆ, ਇਹ ਦੁੱਧ ਯਾਰ ਕਰਾਤੀ ਬੇਇੱਜ਼ਤੀ ਕਪਤਾਨ, ਲੈ ਲਓ
ਕੀ ਹੋਇਆ ਦੱਸ ਦੇ ਪਵਨੇ ਤੂੰ ਗੱਲ ਦੱਸ ਦੇ ਪੂਰੀ ਹਾਂ ਹੁਣ ਵੇਰੀ ਪੀਤਾ ਆ ਹੁਣ ਇਹਨੇ ਇਦਾਂ ਪੀਣਾ ਇੱਕ ਨਾ ਹਿਲਾ ਪਹਿਲਾਂ ਮਤਲਬ ਇਹਨੇ ਹਜੇ ਪੀਣਾ ਨਹੀਂ ਸੀ ਇੱਦਾਂ ਪਹਿਲਾਂ ਮਤਲਬ ਕੀ ਕਰਦਾ ਸੀ ਪਿਆ ਦੁੱਧ ਸਵੇਰ ਦਾ ਪੀਂਦਾ ਨਹੀਂ ਸੀ ਜਦੋਂ ਅਸੀਂ ਇੱਦਾਂ ਘੁਮਾਉਂਦੇ ਹਾਂ ਫਿਰ ਪੀਣ ਲੱਗ ਜਾਂਦਾ ਉੱਦਾਂ ਨਹੀਂ ਪੀਂਦਾ ਹੁਣ ਥੱਲੇ ਰੱਖਿਆ ਹੀ ਪੀ ਕੇ ਕਹਿੰਦੇ ਬੇਇੱਜ਼ਤੀ ਕਰਾਤੀ ਜਿਹੜਾ ਜਾਣ ਕੇ ਹੀ ਬੇਇੱਜ਼ਤੀ ਕਰਦੇ ਰਹਿੰਦੇ ਦੇਖਿਆ ਤੇ ਹਾਲੇ ਹਾਲੇ ਹਮ ਦਵਾਈ ਮਾੜੀ ਜਿਹੀ ਰਹਿ ਗਈ ਪੁੱਤ ਸਾਰਾ ਠੀਕ ਹੋ ਗਿਆ ਲੈ ਮਾੜੀ ਜਿਹੀ ਆਹ ਮੇਰਾ ਬੀਬਾ ਪੁੱਤ ਸ਼ਾਬਾਸ਼ ਅਭੀ ਚੱਟ ਦੇ ਹੁਣ ਕਹਿੰਦਾ ਜਾ ਚੜ ਦੇ ਹੈਂ ਠੀਕ ਆ ਇੰਨਾ ਟਾਈਮ ਹੁੰਦਾ ਤਿਆਰ ਹੋਣ ਨੂੰ 15 ਮਿੰਟ ਹੋ ਜਾਣ ਲੱਗੀ ਨੂੰ 10 ਮਿੰਟ ਹੋ ਗਏ ਜੀ ਕਿਆ ਯਾਰ ਤੂੰ 24 ਘੰਟੇ ਵਾਲੀ ਲਿਪਸਟਿਕ ਜੀ ਲਾਈ ਜਾਂਦੀ ਐਵੇਂ ਕੋਈ ਹੋਰ ਕੰਮ ਚੱਜ ਦਾ ਕਰ ਲੈ ਗਿਆ ਅੱਜ ਆਉਣਾ ਕਿਸੇ ਨੇ ਕਿ ਨਹੀਂ ਹੋਣਾ ਮੰਮੀ ਹੋਣੇ ਤਾਂ ਤਿਆਰ ਹੁੰਦੀ ਆ ਤੂੰ ਦੋ ਦਿਨ ਕਿੰਨਾ ਮੇਕਅਪ ਕਰਦੀ ਆ ਮੇਰੀ ਜਿੰਨੀ ਸੋਹਣੀ ਤੂੰ ਫੇਸ ਹੁੰਦੀ ਆ ਨਾ ਓ ਅੱਖਾਂ ਦੇਖ ਤੂੰ ਤੇਰੀਆਂ ਡੇਲੇ ਦੇ ਲੋ ਕਿੱਦਾਂ ਹੈ ਨਹੀਂ ਸੋਹਣੀ ਹੈ ਆਹ ਕਿਹੜਾ ਸੂਟ ਪਾਇਆ ਕਰਦੇ ਵਿਆਹ ਵਾਲਾ ਪਿੰਕ ਸੂਟ ਪਾਇਆ ਹੋਇਆ ਚੱਲ ਫਿਰ ਖੇਤੀ ਕਰਕੇ ਲੇਟ ਬਹੁਤ ਹੈ ਅੱਗੇ ਆਪਾਂ 12 ਦਾ ਬਾਅਦ ਚੱਲੇ ਸ਼ਹਿਰ ਕਦੋਂ ਜਾਣਾ ਕਿੰਨੇ ਵਜੇ ਆਉਣਾ ਮੰਮੀ ਗਿਫਟ ਲੈ ਕੇ ਆਉਣੇ ਅੱਛਾ ਕੰਮ ਕਰੋ ਜ਼ਰੂਰੀ ਕੰਮ ਜਿਹੜਾ ਵਾ ਠੀਕ ਆ ਓਹ ਚਲੋ ਜੀ ਚਲੀ ਗਏ ਫਿਰ ਸ਼ਹਿਰ ਨੂੰ ਚਲੋ ਮੈਂ ਬੋਲਟ ਕਰਾਂ ਸਟਾਰਟ ਬੋਲਟ 'ਤੇ ਜਾਣਾ ਗੱਡੀ 'ਚ ਗੱਡੀ 'ਚ ਚੱਲਦੇ ਮੈਂ ਕਹਿੰਦਾ ਬੋਲਟ 'ਤੇ ਕਦੇ ਜਾਣਾ ਮੱਛਰ ਹੀ ਪੈਣਾ ਅੱਖਾਂ 'ਚ ਗੋਗਲਸ ਹੁੰਦਾ ਕਹਿੰਦਾ ਗੋਗਲਸ ਲੈ ਕੇ ਆਵਾਂਗੇ ਚਲੋ ਠੀਕ ਆ ਸਾਰੇ ਪੈਸੇ ਖਰਚਾ ਤੇ ਮੇਰੇ ਆਈ ਸੀਗੀ ਇੱਕ ਚੀਜ਼ ਲੈਣ 5-7 ਚੀਜ਼ਾਂ ਲੈ ਲਈਆਂ ਕਿੰਨੇ 2000 ਤੈਨੂੰ 200 ਦੀ ਚੀਜ਼ ਲੈ ਕੇ ਦੇਣੀ ਸੀਗੀ ਮੈਂ ਅੱਗੇ ਤੋਂ ਨਹੀਂ ਮੈਂ ਤੇਰੇ ਨਾਲ ਦੇਖੀ ਗਿਆ ਅਤੇ ਲਓ ਜੀ ਜਸਟ ਫੋਰ ਯੂ ਤੋਂ ਲੈਂਦੀ ਆ ਕਿਰਨ ਸਾਰਾ ਸਮਾਨ ਆਪਣਾ ਠੀਕ ਆ ਜਿਹੜਾ ਨਹੀਂ ਆਉਂਦਾ ਆ ਜਿਓ ਅੱਜ ਕਿਰਨ ਨੇ ਫਿਰ ਮੇਰਾ ਖਰਚਾ ਕਰਾ ਦਿੱਤਾ ਦੰਦ ਕੱਢ ਦੀ ਹੁਣ ਕੋਲ ਖੜੀ ਮੇਰੇ ਅਤੇ ਕਿੱਡਾ ਟੈਚੀ ਭਰਿਆ ਆ ਕਿੰਨੇ ਪੈਸੇ ਖਰਚਾਏ ਪਤਾ ਓਨਲੀ 2160 ਰੁਪਏ ਨਾਲ ਮੈਨੂੰ ਉਹਨੇ ਇੱਕ ਲਿਪਸਟਿਕ ਫ੍ਰੀ ਦਿੱਤੀ ਹੁੱਡਾ ਬਿਊਟੀ ਦੀ ਅਤੇ ਆਪਾਂ ਉੱਧਰ ਨਾ ਜਦ ਤੱਕ ਨਾ ਉਹ ਸਾਹਮਣੇ ਆ ਨਾ ਜਿਹੜਾ ਉੱਥੇ ਜਦ ਤੱਕ ਹੌਰਨ ਲੱਗਦੇ ਆ ਸਾਡੇ ਬੁਲਟ ਆ ਦਿਓ ਜਦ ਤੱਕ ਮੈਂ ਕਿਹਾ ਆਪਾਂ ਕੁਛ ਖਾ ਲੈਂਦੇ ਹਾਂ ਓਕੇ ਹਾਂ ਤਾਂ ਘਰੇ ਜਾ ਕੇ ਦੱਸਦਾ ਪੈਸੇ ਮੋੜ ਦੇ ਮੇਰੇ ਯਾਰ ਮੇਰਾ ਵੀ ਹਿੱਸਾ ਆ ਤੇਰਾ ਨਹੀਂ ਕੋਈ ਹਿੱਸਾ ਹੈਗਾ ਯਾਰ ਮੈਨੂੰ ਮੇਕਅਪ ਦਾ ਸਮਾਨ ਵੀ ਨਹੀਂ ਲੈਣ ਦਿੰਦਾ ਕਹਿੰਦਾ ਨਹੀਂ ਤੈਂ ਕੀ ਕਰਨਾ ਮੇਕਅਪ ਮੇਕਅਪ ਦੀ ਲੋੜ ਹੈਗੀ ਤੈਨੂੰ ਇਹ ਮੈਨੂੰ ਪਤਾ ਇਹ ਕਿਸੇ ਮੈਂ ਪੜਿਆ ਸੀਗਾ ਕਹਿੰਦੇ ਘਰ ਵਾਲੇ ਜਾਣ ਕੇ ਇਦਾਂ ਕਹਿੰਦੇ ਹੁੰਦੇ ਆ ਤੂੰ ਤੂੰ ਸੋਹਣੀ ਨਹੀਂ ਹੈਗੀ ਉਦਾਂ ਸੋਹਣੀ ਤਾਂ ਹੈਗੀ ਆ ਫਿਰ ਤੂੰ ਕਰੇ ਮੇਕਅਪ ਲਿਆ ਲੋੜ ਤਾਂ ਪੈਂਦੀ ਆ ਹਰ ਇੱਕ ਚੀਜ਼ ਜਿਹੜੀ ਕੁੜੀ ਸੋਹਣੀ ਹੋਵੇ ਉਹਨੂੰ ਮੇਕਅਪ ਦੀ ਲੋੜ ਨਹੀਂ ਹੁੰਦੀ ਅੱਛਾ ਜਿਹੜੀ ਨਹੀਂ ਸੋਹਣੀ ਉਹਨੂੰ ਮੇਕਅਪ ਦੀ ਲੋੜ ਹੁੰਦੀ ਆ ਓ ਮਾਈ ਗੋਡ ਕੀ ਗੱਲ ਆ ਸੋ ਚਲੋ ਹੁਣ ਮੈਂ ਡਿਸਾਈਡ ਕੀਤਾ ਮੈਂ ਦਹੀਂ ਭੱਲੇ ਖਾਊਂਗੀ ਇੱਕ ਦਹੀਂ ਭੱਲੇ ਹਾਂ ਦਹੀਂ ਭੱਲੇ ਇਹਨੇ ਦੇਖੋ ਜਾਣ ਕੇ ਲੋੜ ਤੇ ਸੀ ਮਾੜਾ ਆਲੂ ਟਿੱਕੀ ਦੇ ਦਿਓ ਠੀਕ ਹੈ ਜਲਦੀ ਦੇ ਦਿਓ ਮਾੜਾ ਜਿਹਾ ਤੇ ਕੋਕ ਵੀ ਹੈਗਾ ਤੇ ਅਸੀਂ ਇੱਧਰ ਉੱਥੇ ਖਾਏ ਸੀ ਫਿਰ ਵੀ ਗਾਣਾ ਸੁਣਾ ਨਾ ਕਿ ਤੇਰੇ ਘਰੇ ਜਾ ਕੇ ਵੱਜਣੀਆਂ ਹਾਣ ਦੀਏ ਜੇ ਬੱਚ ਹੁੰਦਾ ਬੱਚ ਲਾ ਪਾਣੀ ਦੀ ਬੋਤਲ ਮੰਗਾਤੀ ਮੈਂ ਵੀ ਪੀਣਾ ਮੇਰੇ ਦਿਲ ਘਟਦਾ ਆ
ਮੈਨੂੰ ਬੋਤਲ ਪਿਆਰੀ ਹੋ ਗਈ ਹਾਏ ਨਹੀਂ ਮੈਨੂੰ ਬੋਤਲ ਚ ਤੂੰ ਦੇਖਦੀ ਹਾਏ ਚਲੋ ਬਾਅਦ ਚੋਂ ਬੋਤਲ ਕੱਚ ਦੀ ਪਲਾਸਟਿਕ ਦੀ ਹੋ ਗਈ ਬੋਤਲ ਵੱਡੀ ਨਾਲੋਂ ਛੋਟੀ ਹੋ ਗਈ ਇਹ ਵੀ ਗਾਣਾ ਆਉਣਾ ਮੇਰਾ ਬੋਤਲ ਦੇ ਗੱਲਾਂ ਨਹੀਂ ਬੋਤਲ ਚ ਕੱਚ ਲੱਗਿਆ ਹਾਏ ਯਾਰ ਤੈਨੂੰ ਮੇਰਾ ਗਾਣਾ ਨਹੀਂ ਪਸੰਦ ਹੈਗਾ ਜਦੋਂ ਮੈਂ ਗਾਣਾ ਗਾਉਣਾ ਨਾ ਲੋਕਾਂ 'ਚ ਕਹਿੰਦਾ ਤੈਨੂੰ ਪਤਾ ਸਾਹ ਉੱਠ ਖੜਦਾ ਐਕਟੀਵੇਟ ਹੋ ਜਾਂਦੇ ਜਿਹੜੇ ਕਿਸੇ ਨੇ ਐਨਰਜੀ ਦੀ ਕਿਸੇ ਲੋੜ ਨਹੀਂ ਪੈਂਦੀ ਐਨਰਜੀ ਡਰਿੰਕ 'ਚ ਮੇਰਾ ਗਾਣਾ ਸੁਣ ਲਵੇ ਤੈਨੂੰ ਪਤਾ ਠੀਕ ਹੈ ਨਾ ਮੰਨ ਫਿਰ ਸ਼ਰਟ ਦੇਖੋ ਇਹ ਮੈਂ ਬਹੁਤ ਟਾਈਮ ਬਾਅਦ ਪਾਈ ਆ ਮਤਲਬ ਮੈਂ ਕਾਲਜ ਟਾਈਮ ਪਾਉਣਾ ਹੁੰਦਾ ਸੀਗਾ ਫਿਰ ਮੁੜ ਕੇ ਹੁਣ ਮੈਂ ਪਾਈ ਨਹੀਂ 4-5 ਸਾਲ ਹੋ ਗਏ ਸੀਗੇ ਪਰ ਯਾਰ ਮੇਰੇ ਫਿੱਟ ਆ ਹਜੇ ਵੀ ਮਤਲਬ ਮੈਂ ਬਦਲਿਆ ਨਹੀਂ ਕਰਨਾ ਇਹਦਾ ਮੈਂ ਕੋਈ ਚੇਂਜ ਨਹੀਂ ਹੋਇਆ ਮੇਰੇ ਅਸੀਂ ਨਾ ਘਰੋਂ ਜਦੋਂ ਤੁਰਨ ਲੱਗੇ ਸੀ ਉਦੋਂ ਤਾਂ ਨਹੀਂ ਅਸੀਂ ਤੁਹਾਨੂੰ ਰੈਡੀ ਹੋ ਕੇ ਮਿਲੇ ਕਿਉਂਕਿ ਅਸੀਂ ਲੇਟ ਹੋ ਰਹੇ ਸੀ ਉਧਰੋਂ ਸਾਡੇ ਹੈਗਾ ਵਿਆਹ ਹਾਂਜੀ ਤੇ ਸਾਨੂੰ ਆ ਗਿਆ ਸੀ ਸੱਦਾ ਨਹੀਂ ਫੋਨ ਆਇਆ ਸੀ ਲੱਗੇ ਸੀ ਫੋਨ ਤੇ ਹੀ ਹਾਂਜੀ ਤੇ ਫੇ ਉਹ ਦੀਦੀ ਹੁਣੀ ਫੋਨ ਤੇ ਗੱਲ ਕਰਦੇ ਪਏ ਸੀ ਇਹ ਜ਼ਰੂਰ ਆਣਾ ਆ ਮੈਂ ਕਿਹਾ ਜ਼ਰੂਰ ਆਵਾਂਗੇ ਠੀਕ ਆ ਜੀ ਤਾਂ ਸਾਨੂੰ ਵਿਆਹ ਵੀ ਸ਼ੁਕਰ ਆਇਆ ਇੱਕ ਫਿਰ ਟਾਈਮ ਲੱਗ ਗਿਆ ਸੀ ਥੋੜਾ ਜਿਹਾ ਇੱਕ ਦਿਨ ਇੱਕ ਪਹਿਲਾਂ ਹੀ ਵਿਆਹ ਜੀ ਬਦੂ ਸੀ ਫਿਰ ਲੰਚ ਟਾਈਮ ਆ ਜਾਣਾ ਸੀ ਕਿਉਂਕਿ ਸਾਨੂੰ ਪਹਿਲਾ ਕੰਮ ਬੈਂਕ 'ਚ ਸੀ ਹਾਂਜੀ ਤੇ ਬਾਕੀ ਦੱਸਿਓ ਮੇਰੀ ਸ਼ਰਟ ਆ ਕਿੱਦਾਂ ਦੀ ਲੱਗਦੀ ਆ ਠੀਕ ਆ ਮੇਰਾ ਸੂਟ ਤਾਂ ਉਹੀ ਹੈ ਐਸ ਯੂਜ਼ੂਅਲ ਜਿੱਦਾਂ ਮੈਂ ਕਿ ਜਿੱਦਾਂ ਮੈਂ ਇਦਾਂ ਹੀ ਜਿੱਦਾਂ ਮੇਰੇ ਕੋਲ ਹੈਗੇ ਹੀ ਉਹੀ ਦੋ ਚਾਰ ਯਾਰ ਇੱਕ ਰੱਜਦੀ ਨਹੀਂ ਕਦੇ ਵੀ ਸੂਟਾਂ ਨਾਲ ਬਹੁਤ ਸੂਟ ਨੇ ਲੈ ਕੇ ਦਿੱਤੇ ਉਹਨੇ ਡਰੈਸ ਕੱਲ ਨੂੰ ਕਵਨ ਨੇ ਮੈਨੂੰ ਦੋ ਸੂਟ ਵੀ ਲੈ ਕੇ ਦੇਣੇ ਆ 100 ਤਾੜੀਆਂ ਬਹੁਤ ਨਹੀਂ ਮਿਲਣੇ ਵੈਸੇ ਮਾਰਦੀਆਂ ਨੇ ਚਲੋ ਠੀਕ ਆ ਹੁਣ ਮੜੇ ਖਾ ਪੀ ਲਈਏ ਫਿਰ ਤੁਹਾਨੂੰ ਮਿਲਦੇ ਆ ਅਜੇ ਤੁਹਾਨੂੰ ਮਿਲਦੇ ਆ ਆਪਾਂ ਤੇ ਵੇਖ ਦੇਖਦੇ ਆ ਹੋਰਨ ਲੱਗਿਆਂ ਤੇ ਠੀਕ ਆ ਫਿਰ ਮਿਲਦੇ ਆ ਫਿਰ ਘਰ ਨੂੰ ਜਾਂਦੀਆਂ ਆਂਦੇ ਓਕੇ ਬਾਏ ਮੇਰੀ ਆ ਕਿੱਦੀ ਮੇਰਾ ਆ ਮੂੰਹ ਕਿੱਦਾਂ ਖਾਰੀ ਹੁੰਦਾ ਆ ਪਰ ਇਹ ਦੇ ਦੇ ਯਾ 2 ਚਮਚੇ ਜਾ ਫਿਰ ਖਾ ਲਾ ਜਾ ਖਾ ਲਾ ਮੈਂ ਟਿੱਕੀ ਖਾ ਲੂੰਗੀ ਐਵੇਂ ਖਾ ਲੂੰਗੀ ਹਾਂ ਕਿਉਂਕਿ ਹੁਣ ਲੋਕੀ ਆਪਣੀ ਆਲੂ ਹੋ ਗਏ ਲੋਕੀ ਚਲੋ ਬਾਹਰ ਨਿਕਲੋ ਤੋ ਉਹ ਰਸਤਾ ਦਰਵਾਜ਼ਾ ਉਧਰ ਆ ਨਿਕਲੋ ਜਾ ਹਾਂ ਜੇ ਤੇ ਦੱਸਾਂ ਮੈਂ ਬਹੁਤ ਖਾਣਿਆ ਸਾਰੇ ਹੀ ਚਮਚਾ ਭਰ ਭਰ ਕੇ ਖਾ ਗਿਆ ਖੁੱਲੇ ਹੈ ਨਹੀਂਗੇ ਨਿਕਲੋ ਬਾਹਰ ਯਾਰ ਕੀ ਕਰਦੇ ਕੋਲ ਬੈਠੇ ਕਿਹਨੂੰ ਪੁੱਛ ਕੇ ਆਏ ਨਹੀਂ ਲੱਗੇ ਚਲੋ ਤੈਨੂੰ ਜਮਣ ਜਮਣ ਚੱਲ ਕੋਈ ਨਾ ਕਾਕਾ ਮੁੜ ਕੇ ਕਹਿਣਾ ਮੈਂ ਚੀਜ਼ ਨਹੀਂ ਖਾਣੀ ਕੋਈ ਕੋਈ ਨਹੀਂ ਕਾਕੀ ਪੈਸੇ ਤਾਂ ਮੈਂ ਹੀ ਦੇਣੇ ਆ ਖਾ ਲਓ ਆਰਾਮ ਨਾਲ ਹੈਲੋ ਨਿਆਣਿਆਂ ਦਾ ਕੰਮ ਨੀ ਕਰਨਾ ਬੁਲਟ ਚਲਾਉਣੀ ਬਹੁਤ ਔਖੀ ਚੀਜ਼ ਆ ਫਿਰ ਉਹ ਅਗਲੀ ਨੇ ਸਿੱਖਿਆ ਛੋਟੀ ਜਿਹੀ ਤੂੰ ਛੋਟੀਆਂ ਹੁਣ ਛੋਟੀ ਜੀ ਨੇ ਸਿੱਖਿਆ ਹੋਊਗਾ ਫਿਰ ਤੂੰ ਨਹੀਂ ਕਹਿੰਦੇ ਚੱਲਣਾ ਗੁੱਸਾ ਤਾਂ ਦੇਖ ਲਓ ਇਹਦਾ ਨਹੀਂ ਸਿਖਾਉਣਾ ਉਹ ਗੱਲ ਤਾਂ ਸੁਣ ਲਾ ਹੈਲੋ ਸਿੱਖਣਾ ਯਾਰ ਕਹਿੰਦੇ ਤੂੰ ਡਿੱਗ ਗਈ ਤੇਰੀ ਲੱਤ ਬਾਂਹ ਟੁੱਟ ਜਾਣੀ ਆ ਕੋਈ ਡਿੱਗਣਾ ਨਹੀਂ ਮੇਰੀ ਕੋਈ ਲੱਤ ਬਾਂਹ ਟੁੱਟ ਲੈਂਦੇ ਮੈਂ ਇੱਕ ਲੱਤ ਨਾਲ ਤੁਰ ਲੈਣਾ ਤੂੰ ਮੈਨੂੰ ਸਿਖਾ ਤੈਂ ਕੀ ਕਰਨਾ ਬੋਲਟ ਤੇ ਕਿੱਥੋਂ ਜਾਣਾ ਮੇਰੀ ਮਰਜ਼ੀ ਹੋਊਗੀ ਮੈਂ ਮਤਲਬ ਪਿੰਡ ਨੂੰ ਇਕੱਲੀ ਚੱਲ ਜਾ ਕਰੂੰਗੀ ਨਾ ਹੈ ਪੱਕੀ ਗੱਲ ਆ ਨਹੀਂ ਜਾਊਂਗੀ ਨਹੀਂ ਪੱਕਾ ਨਹੀਂ ਫੇਰ ਸਿਖਾ ਦੇਣਾ ਜੇ ਜਾਊਂਗੀ ਤਾਂ ਹਾਂ ਜਾਊਂਗੀ ਮੈਂ ਨਹੀਂ ਸਿਖਾਉਣਾ ਰਹਿਣ ਦੀ ਮੈਂ ਤਾਂ ਗੀੜੀਆਂ ਮਾਰੀ ਜਾਣੀਆਂ ਬੋਲਟ ਤੇ ਨਹੀਂ ਮਾਰੂੰਗੀ ਪੱਕਾ ਪਹਿਲਾਂ ਚਲਾਇਆ ਕੁਛ ਅੱਜ ਤੱਕ ਸਾਈਕਲ ਸੂਕਲ ਸਾਈਕਲ ਹੀ ਕੁਛ ਸਕੂਟਰੀ ਵੀ ਆਉਂਦੀ ਮੈਨੂੰ ਯਾਰ ਸਕੂਟਰੀ ਕਿੱਥੇ ਬੁਲਟ ਕਿੱਥੇ ਹੁਣ ਤੂੰ ਸਕੂਟਰੀਆਂ ਦੇ ਮੁਕਾਬਲੇ ਕਰੂੰਗੀ ਬੁਲਟਾਂ ਦੇ ਹੈ ਨਿਆਣੇ ਜਿੱਦ ਨਹੀਂ ਕਰਦੇ ਹੁੰਦੇ ਬਈ ਪਤਾ ਕੀ ਚੱਕਰ ਪੈ ਗਿਆ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਦਾ ਅੱਜ ਅਸੀਂ ਆਉਂਦੇ ਪਏ ਸੀ ਘਰ ਨੂੰ ਇੱਕ ਕੁੜੀ ਸਾਡੇ ਕੋਲੋਂ ਲੰਘੀ ਤੇਜ਼ ਕਰਕੇ ਬੁਲਟ ਅਸੀਂ ਹੌਲੀ ਹੌਲੀ ਸੀਗੇ ਵਿਚਾਰੀ ਤੋਂ ਉਹਦੇ ਮੂੰਹ ਉੜਿਆ ਮੈਨੂੰ ਕਹੋ ਤੇਜ਼ ਕਰ ਇਹ ਤਾਂ ਮੂਹਰੇ ਕੱਢ
ਜਦੋਂ ਮੈਂ ਕੱਢਿਆ ਨਹੀਂ ਫਿਰ ਗੁੱਸੇ ਹੋ ਗਈ ਕਹਿੰਦੀ ਜਾਣ ਕੇ ਨਹੀਂ ਕੱਢਿਆ ਤੂੰ ਕਿਉਂਕਿ ਮੈਂ ਸੇਫ ਡਰਾਈਵ ਕਰਦਾ ਨਾ ਮੈਂ ਹੌਲੀ ਚਲਾਉਂਦਾ ਤੰਗ ਤਾਂ ਨਹੀਂ ਤੂੰ ਰੇਸਾ ਲਾਈ ਗਈ ਲੋਕਾਂ ਦਾ ਫਿਰ ਫਿਰ ਮੈਂ ਇਹ ਕਰੂੰਗਾ ਮੇਰੀ ਅਲਮੀਰੀਆ ਵੀ ਨਾਲ ਲੱਤਾਂ ਭੰਨੂਗੀ ਆਪਣੇ ਆਪ ਤੋਂ ਡਿੱਗਣਾ ਡਿੱਗਣਾ ਚੱਲ ਛੱਡ ਕੇ ਰਹਿਣਾ ਜਿਹਦੀ ਨਹੀਂ ਕਰਦੀ ਹੁੰਦੀ ਤੈਨੂੰ ਇੱਕ ਲੂਨਾ ਲੈ ਦੂੰ ਲੂਨਾ ਬਹੁਤ ਵਧੀਆ ਗੱਡੀ ਹੈ ਉਹਦੀ ਆਵਾਜ਼ ਉਹਨੂੰ ਜ਼ਿਆਦਾ ਆ ਤੈਨੂੰ ਪਤਾ ਨਹੀਂ ਗੱਲ ਉਹਦੀ ਆਵਾਜ਼ ਵੀ ਕਹਿੰਦੀ ਨਹੀਂ ਸਿੱਖਣਾ ਦਿੱਤੋ ਮੈਂ ਜੇ ਤੈਨੂੰ ਕਹਿਤਾ ਤੈਨੂੰ ਮੈਨੂੰ ਜ਼ਿਆਦਾ ਪਤਾ ਮੈਨੂੰ ਪਤਾ ਕੀ ਪਤਾ ਤੈਨੂੰ ਕੀ ਕਲੱਚ ਕਿਹੜੀ ਸਾਈਡ ਹੁੰਦਾ ਜਾ ਕੇ ਦੱਸੂਗੀ ਚਲਾਇਆ ਚੱਲ ਚੱਲਾ ਜਾ ਦੇਖਦੇ ਹਾਂ ਤੈਨੂੰ ਬੋਲਟ ਸਾਂਭ ਲਾ ਚੱਲ ਚੱਲ ਤੁਰ ਸਾਹਮਣੇ ਖੜੀ ਆ ਗੱਡੀ ਹਾਂਜੀ ਜੇ ਡਿੱਗ ਗਿਆ ਸੱਟ ਲੱਗ ਜਾਣੀ ਆ ਜਿਹੜੀ ਕਹਿੰਦੇ ਭਾਰਾ ਬਹੁਤ ਆ ਉਹ ਨਾ ਪੈਰ ਨਾ ਉਹ ਨਾ ਲਾਈ ਸਟੈਰ ਨਾ ਲਾਈ ਉਰਲੇ ਬੰਨ ਨੂੰ ਉਹ ਨਾ ਪੈਰ ਵਾਲੇ ਉਹ ਜੇ ਐ ਨੂੰ ਡਿੱਗੂਗਾ ਤਾਂ ਡਿੱਗੂਗੀ ਆ ਉਹ ਥੱਲੇ ਅੱਛਾ ਮੈਂ ਨੇ ਉੱਟਾ ਕਿ ਡਿੱਗਣਾ ਆ ਸਟੈਰ ਤੇ ਲਾ ਕੇ ਪੈਰ ਨੂੰ ਮੈਂ ਦੱਸੋ ਮੈਂ ਕਿੱਕ ਮਾਰਾਂ ਗਿੱਟਾ ਵੀ ਕੱਢ ਦਿੰਦਾ ਹੁੰਦਾ ਪੈਗਲੇ ਗੁੱਟ ਓਏ ਹੋਏ ਚਾਬੀ ਕਮਾ ਤੇ ਕੁਛ ਚਲਾਉਣਾ ਤਾਂ ਨਹੀਂ ਆ ਡਿੱਗ ਨਾ ਸੈੱਟ ਨਾ ਦੇ ਇੱਕ ਵਾਰੀ ਜ਼ੋਰ ਪੈਣਾ ਇੱਥੇ ਪੂਰਾ ਬਹੁਤ ਭਾਰਾ ਡਿੱਗ ਕੇ ਟੁੱਟ ਜਾਣਾ ਸਾਰਾ ਹੀ ਚੱਲ ਰਹਿਣ ਦੇ ਕਹਿਣਾ ਚੱਲ ਤੈਨੂੰ ਮੈਂ ਦੱਸਦਾ ਇਹਨੂੰ ਛੱਡ ਦੇ ਇਹ ਪੁਰਾਣੇ ਬੋਲਟਾਂ ਰੇਸ ਨਹੀਂ ਦੇਣੀ ਪੈਂਦੀ ਸੀ ਬਟਨ ਨਹੀਂ ਦੱਬਿਆ ਸੀ ਦੱਬਿਆ ਉਹਦੇ ਕੀਤਾ ਹੁਣ ਰੇਸ ਦੇ ਮਾੜੀ ਜੀ ਚੱਲ ਛੇਟ ਯਾਰ ਮੈਂ ਤੈਨੂੰ ਕਿੱਕ ਮਾਰ ਦਿੰਦਾ ਲੈ ਛੱਡ ਦੇ ਛੱਡ ਦੇ ਇਹਨੂੰ ਛੱਡ ਦੇ ਮੈਂ ਫੜ ਕੇ ਰੱਖੀ ਤੇ ਨਾ ਪਈ ਛੱਡ ਦੇ ਇਹਨੂੰ ਛੱਡ ਦੇ ਹਟ ਜਾ ਦੇਖਦੀ ਹਾਂ ਰਹਿਣ ਦੇ ਕਿਤੋਂ ਸਟਾਰਟ ਹੋਣਾ ਹੈ ਲੈ ਆ ਬਟਨ ਕੱਲੇ ਬੰਦ ਕੀਤਾ ਮੈਂ ਥੋੜਾ ਕੀਤਾ ਤੂੰ ਕੀਤਾ ਹਟ ਜਾ ਵੀ ਤੂੰ ਤਾਂ ਭਾਰ ਦਿੰਨਾ ਪਿਆ ਉਹਦੇ ਸਟਾਰਟ ਕਰਨਾ ਸਿੱਖਣਾ ਉਹਨਾਂ ਬਸ ਚੂੜੇ ਚ ਲਕੋਇਆ ਸੀਗਾ ਤੁਹਾਨੂੰ ਬੜੀ ਭੁੱਖੀ ਆ ਤੈਨੂੰ ਪਤਾ ਹੁਣੇ ਸਾਡੇ ਪ੍ਰਾਹੁਣੇ ਆਏ ਹੋਏ ਸੀਗੇ ਪ੍ਰਾਹੁਣੇ ਹਜੇ ਹੁਣੇ ਗਏ ਹਜੇ ਪਿੰਡੋਂ ਬਾਹਰ ਨਹੀਂ ਨਿਕਲੇ ਹੁਣੇ ਨੱਠੀ ਆਈ ਗੇਟ ਬੰਦ ਕਰਕੇ ਡੱਬਾ ਚੈੱਕ ਕਰਨ ਟੈਡੀ ਰੂਮ ਆਹ ਟੈਡੀ ਸੀ ਜਿਹੜਾ ਮੈਂ ਸੁਰੱਖਿਆ ਕਰਨ ਨੂੰ ਉਧਰ ਸੋਹਣਾ ਦੇਖਦਾ ਇੱਧਰ ਨਹੀਂ ਦੇਖਦਾ ਸੂਟ ਦਿਖਾਉਂਦਾ
ਚਲੋ ਠੀਕ ਆ ਜੀ ਹੋਪਫੁਲੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਉਹ ਤੋਂ ਬਾਅਦ ਜੇ ਕੰਟੀਨਿਊ ਤਾਂ ਨਹੀਂ ਕਰ ਸਕੇ ਕਿਰਨ ਹੁਣ ਮੇਰੇ ਪਿੱਛੇ ਪਈ ਹੋ ਕਹਿੰਦੀ ਮੈਨੂੰ ਬੁਲਟ ਸਿਖਾਲ ਤੁਸੀਂ ਦੱਸਿਓ ਇਹਨੂੰ ਸਿਖਾਉਣਾ ਚਾਹੀਦਾ ਕਿ ਨਹੀਂ ਚਾਹੀਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਆ ਠੀਕ ਹੈ ਜੀ ਚਾਹੀਦਾ ਸਿੱਖ ਲਉਂਗੀ ਭਾਰਾ ਨਹੀਂ ਲੱਗਾ ਜੀ ਪੱਕੀ ਗੱਲ ਚਲੋ ਠੀਕ ਆ ਜੀ ਫਿਰ ਹੁਣ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਹੁਣ ਕਰਨ ਜਲਦੀ ਆ ਥੋੜੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਅਸੀਂ ਵੀਡੀਓ ਅੱਗੇ ਤਾਂ ਨਹੀਂ ਜ਼ਿਆਦਾ ਬਣਾ ਸਕੇ ਕਿਉਂਕਿ ਬਾਅਦ ਚ ਤੁਹਾਨੂੰ ਦੱਸਿਆ ਸੀ ਪ੍ਰਾਣੇ ਆਣੇ ਸੀ ਮੰਮੀ ਹੋਣੀ ਆਣੀ ਸੀ ਮੰਮੀ ਨਹੀਂ ਆਣਾ ਸੀਗਾ ਸੋ ਚਲੋ ਠੀਕ ਆ ਜੀ ਹੁਣ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਚ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਜ਼ਰੂਰੀ ਕਰਿਓ ਤੇ ਕੋਈ ਕਮੈਂਟ ਵੀ ਕਰ ਦਿਓ ਦੱਸਿਓ ਕਮੈਂਟ ਕਰਕੇ ਜ਼ਰੂਰ ਫਿਰ ਇਹਨੂੰ ਸਿਖਾਲ ਦਈਏ ਬੁਲਟ ਨੇ ਸਾਡੇ ਸਾਹਮਣੇ ਹੁਣ ਬੁਲਟ ਦਾ ਵਲੌਗ ਲੈ ਕੇ ਆਵਾਂਗੇ ਠੀਕ ਹੈ ਜੀ ਕਹਿ ਦਿਓ ਪਲੀਜ਼ ਮੈਂ ਸਿੱਖਣਾ ਆ ਜੇ ਕਿਰਨ ਅੱਜ ਤੇਰੇ 3000 ਕਮੈਂਟ ਆਏ ਨਾ ਬੁਲਟ ਸਿੱਖਣ ਵਾਲੇ ਫਿਰ ਸਿਖਾ ਦੇਣਾ ਚੰਗਾ ਜੀ ਚਲ ਅੱਜ ਦੇਖ ਲੈਣੇ ਫਿਰ ਕਿੰਨੀ ਕਿਰਨ ਦੀ ਗੱਲ ਮੰਨਦਾ ਕੋਈ ਬਾਏ ਬਾਏ।